अपने शास्त्रां दे भी दर्शन करने ने, क्योंकि शास्त्र की बड़ी वड्डी महत्ता है। मैं बेनती करांगा तखत साहब जी दे सेवादारां नूं कि उह सिख संगत नूं इस अस्थान दे उत्ते सुशोभित सतगुरां दे पावन पवित्र शास्त्रां दे दर्शन जिहड़े है उह करवाउण। सत श्री अकाल। इह श्री साहिब सरबंस दानी अमृत के दाते धन धन साहिब श्री गुरु गोबिंद सिंह पातशाह जी दे गात्रे दी है साध संगत जी। इह श्री साहिब दी बहुत वड्डी महानता है। सिख पंथ दे अंदर, सिख परंपरा दे अंदर इह श्री साहिब ही है जिसनूं सिख परंपरा दे विच किरपान कहा जांदा है। ਇਹ ਕੁਰਬਾਨ ਹੀ ਹੈ ਜਿਸਨੇ ਪੱਛਮ ਵੱਲੋਂ ਆਉਣ ਵਾਲੇ ਹਮਲਾਵਰਾਂ ਦਾ ਰਾਹ ਰੋਕਿਆ। ਇੱਥੇ ਹਮਲਾਵਰ ਆਉਂਦੇ ਸੀ, ਇੱਥੋਂ ਦੇ ਲੋਕਾਂ ਨੂੰ ਲੁੱਟਦੇ ਸੀ, ਕੁੱਟਦੇ ਸੀ, ਧਨ ਵੀ ਲੁੱਟਦੇ ਸੀ, ਇੱਜ਼ਤਾਂ ਵੀ ਲੁੱਟਦੇ ਸੀ ਅਤੇ ਬੜੇ ਆਰਾਮ ਦੇ ਨਾਲ ਆਪਣੇ ਆਪਣੇ ਮੁਲਕਾਂ ਦੇ ਵਿੱਚ ਵਾਪਸ ਚਲੇ ਜਾਂਦੇ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦੇ ਹੱਥ ਅੱਜ ਦੇ ਦਿਨੀ खंडे बाड़े की पहुल छका के ते ए समझा दिता कि यह जिहड़ी तलवार है, किरपान है, ये तुहाडा अंग है, इहदा सत्कार भी करना है, इहदी संभाल भी करनी है। ते जे जुलम हो रहा होवे, जबर हो रहा होवे, ते उत्थे इसकी सहयोग वरतों भी करनी है। जदों धन गुरु गोबिंद सिंह महाराज ने खालसे दे हथ अज दे दिन तेग पकड़ाई ਤਾਂ ਖਾਲਸੇ ਨੇ ਉਹ ਮੱਲਾਂ ਮਾਰੀਆਂ ਕਿ 100 ਸਾਲ ਦੇ ਅੰਦਰ ਅੰਦਰ ਖਾਲਸੇ ਨੇ ਆਪਣਾ ਵਿਸ਼ਾਲ ਰਾਜ ਭਾਗ ਜਿਹੜਾ ਸੀ ਉਹ ਕਾਇਮ ਕਰ ਲਿਆ। ਅੱਜ ਇਹ ਸਾਡੀ ਪਰੰਪਰਾ ਦਾ ਹਿੱਸਾ ਹੈ ਸ੍ਰੀ ਸਾਹਿਬ। ਅੱਜ ਸਾਡੇ ਲਈ ਇਹ ਬਹੁਤ ਵੱਡਾ ਜਿਹੜਾ ਹੈ, ਇਹ ਇੱਕ ਕਕਾਰ ਵੀ ਹੈ 5 ਕਕਾਰਾਂ ਦੇ ਵਿੱਚੋਂ ਸ੍ਰੀ ਸਾਹਿਬ। ਪਰ ਜਿਹਨਾਂ ਨੂੰ ਨਹੀਂ ਪਤਾ ਉਹ ਇਸ ਤਲਵਾਰ ਦੇ ਉੱਤੇ ਪਾਬੰਦੀਆਂ ਲਗਾਉਣ ਦੀ ਵੀ ਗੱਲ ਕਰਦੇ ਨੇ। ਭਾਰਤ ਦੀ ਇੱਕ ਸਟੇਟ ਦੇ ਵਿੱਚ ਕੁਝ ਸਿੱਖਾਂ ਦੇ ਉੱਤੇ ਇਸ ਕਰਕੇ ਜਿਹੜਾ ਹੈ ਉਹ ਆਰਮਸ ਐਕਟ ਅਧੀਨ ਪਰਚੇ ਦਰਜ ਕਰ ਦਿੱਤੇ ਗਏ ਕਿ ਉਹਨਾਂ ਦੇ ਘਰੋਂ ਸ੍ਰੀ ਸਾਹਿਬ ਕਿਰਪਾਨਾਂ ਜਿਹੜੀਆਂ ਨੇ ਕੁਝ ਪ੍ਰਾਪਤ ਹੋਈਆਂ ਨੇ। ਤੇ ਸਾਡੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਦੇਸ਼ ਹੈ ਕਿ ਹਰ ਸਿੱਖ ਨੂੰ ਆਪਣੇ ਘਰ ਦੇ ਵਿੱਚ ਤਲਵਾਰ ਜਿਹੜੀ ਹੈ, ਕਿਰਪਾਨ ਜਿਹੜੀ ਹੈ ਉਹ ਜ਼ਰੂਰ ਰੱਖਣੀ ਚਾਹੀਦੀ ਹੈ। ਤੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਤੋਂ ਮੁਨਕਰ ਕਿਵੇਂ ਹੋ ਸਕਦੇ ਹਾਂ? ਪਰ ਮੈਂ ਨਾਲ ਇਹ ਵੀ ਕਹਾਂਗਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੇ ਕਕਾਰ ਵਜੋਂ ਜੇ ਜ਼ਬਰ ਜ਼ੁਲਮ ਦਾ ਟਾਕਰਾ ਕਰਨ ਦੇ ਲਈ ਇਹ ਸਾਨੂੰ ਸ੍ਰੀ ਕਿਰਪਾਨ ਦਿੱਤੀ ਹੈ ਤੇ ਇਹਦਾ ਸਤਿਕਾਰ ਕਰਨਾ ਵੀ ਸਾਡਾ ਫਰਜ਼ ਹੈ। ਇਹਦਾ ਸਤਿਕਾਰ ਕਰਨਾ, ਇਹਦਾ ਅਦਬ ਕਰਨਾ ਜਿਹੜਾ ਹੈ ਉਹ ਸਾਡਾ ਫਰਜ਼ ਹੈ। ਯਹੀ ਹਮਾਰਾ ਪੀਰ, ਇਹਨੂੰ ਪੀਰ ਕਿਹਾ ਪਾਤਸ਼ਾਹ ਨੇ। ਔਰ ਬਹੁਤ ਵੱਡੀ ਗੱਲ ਸਾਡੀ ਪਰੰਪਰਾ ਦੇ ਵਿੱਚੋਂ ਮਿਲਦੀ ਹੈ ਕਿ ਸ਼ਸਤਰਨ ਕੇ ਅਧੀਨ ਹੈ ਰਾਜ, ਰਾਜ ਜਿਹੜਾ ਹੈ ਉਹ ਸ਼ਸਤਰਾਂ ਦੇ ਅਧੀਨ ਹੈ। ਅੱਜ ਦੁਨੀਆਂ ਦੇ ਵਿੱਚ ਉਹੀ ਮੁਲਕ ਸਭ ਤੋਂ ਵੱਧ ਤਾਕਤਵਰ ਹੈ ਜਿਹਦੇ ਕੋਲ ਸਭ ਤੋਂ ਵੱਧ ਸੈਨਿਕ ਸ਼ਕਤੀ ਹੈ, ਜਿਹਦੇ ਕੋਲ ਸਭ ਤੋਂ ਵੱਧ ਜਿਹੜੇ ਨੇ ਉਹ ਖਤਰਨਾਕ ਹਥਿਆਰ ਨੇ। ਉਹੀ ਮੁਲਕ ਜਿਹੜਾ ਦੁਨੀਆਂ ਦੇ ਵਿੱਚ ਆਪਣਾ ਦਬਦਬਾ ਜਿਹੜਾ ਹੈ ਉਹ ਕਾਇਮ ਰੱਖਦਾ ਹੈ ਔਰ ਰੱਖ ਰਿਹਾ ਹੈ। ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਖਾਲਸੇ ਦਾ ਅੰਗ ਜਿਹੜਾ ਹੈ ਇਸ ਸ਼ਸਤਰ ਨੂੰ 300 ਸਾਲ ਤੋਂ ਵੱਧ ਸਮਾਂ ਹੋ ਗਿਆ ਸਾਨੂੰ ਬਖਸ਼ੇ ਨੂੰ, ਸਾਨੂੰ ਬਣਾਏ ਨੂੰ। ਸੋ ਇਸ ਕਰਕੇ ਇਹ ਜਿਹੜੀ ਕਿਰਪਾਨ ਹੈ ਇਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਗਾਤਰੇ ਦੀ ਹੈ ਸਾਧ ਸੰਗਤ ਜੀ, ਜਿਸ ਦੇ ਆਪ ਜਿਹੜੇ ਹੈ ਉਹ ਦਰਸ਼ਨ ਦਦਾਰੇ ਕਰ ਰਹੇ ਹੋ। ਇਸ ਕਿਰਪਾਨ ਦੇ ਨਾਲ ਜਿਹਨੂੰ ਅਸੀਂ ਆਦਮ ਨਾਲ ਸ੍ਰੀ ਸਾਹਿਬ ਕਹਿ ਦਿੰਦੇ ਹਾਂ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਹੜਾ ਹੈ ਉਹ ਜੰਗਾਂ ਯੁੱਧਾਂ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਬੋਲੇ ਸੋਨਿਹਾ। ਇਹ ਬੰਦੂਕ ਹੈ। ਇਸ ਅਸਥਾਨ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਇੱਕ ਸਿੱਖ ਨੇ ਭੇਟ ਕੀਤੀ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਿਸ਼ਾਨਾ ਪਰਖਣਾ ਸੀ ਤੇ ਉਧਰੋਂ ਇਸ ਇਲਾਕੇ ਦਾ ਹਾਕਮ ਚੌਧਰੀ ਡੱਲਾ, ਉਹਦੇ ਮਨ ਦੇ ਵਿੱਚ ਪਾਤਸ਼ਾਹ ਨੇ ਅਭਿਮਾਨ ਦੇਖਿਆ, ਹੰਕਾਰ ਦੇਖਿਆ। ਜਦੋਂ ਚੌਧਰੀ ਡੱਲੇ ਨੇ ਪਾਤਸ਼ਾਹ ਨੂੰ ਕਿਹਾ, ਮਹਾਰਾਜ ਇੰਨੀਆਂ ਮੁਸ਼ਕਲਾਂ ਬਣੀਆਂ, ਤੁਸੀਂ ਮੈਨੂੰ ਆਵਾਜ਼ ਮਾਰਦੇ, ਮੇਰੇ ਕੋਲੇ ਗਾਜ ਗਾਜ ਚੌੜੀਆਂ ਛਾਤੀਆਂ,
ਐਡੇ ਵੱਡੇ ਵੱਡੇ ਸੂਰਬੀਰ ਸੀ, ਯੋਧੇ ਸੀ, ਮੈਂ ਤੁਹਾਡੀ ਮਦਦ ਕਰਨ ਵਾਸਤੇ ਆ ਜਾਂਦਾ। ਮਹਾਰਾਜ ਨੇ ਜਾਣਿਆ ਕਿ ਸਾਡਾ ਹੈ ਤਾਂ ਸੇਵਕ ਪਰ ਇਹਦੇ ਅੰਦਰ ਅਭਿਮਾਨ ਹੈ, ਤੇ ਸੇਵਕ ਦੇ ਅੰਦਰ ਕੋਈ ਔਗਣ ਹੋਵੇ ਇਹ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਕਦੇ ਬਰਦਾਸ਼ਤ ਨਹੀਂ ਕਰਿਆ ਕਰਦੇ। ਜਿਵੇਂ ਮਾਂ ਬਾਪ ਬਰਦਾਸ਼ਤ ਨਹੀਂ ਨਾ ਕਰਦੇ ਕਿ ਉਹਨਾਂ ਦੇ ਪੁੱਤਰਾਂ ਧੀਆਂ ਦੇ ਅੰਦਰ ਕੋਈ ਔਗਣ ਹੋਵੇ, ਤੇ ਮਾਂ ਬਾਪ ਆਪਣੇ ਪੁੱਤਰਾਂ ਧੀਆਂ ਦੇ ਅੰਦਰੋਂ ਔਗਣਾਂ ਨੂੰ ਦੂਰ ਕਰਨ ਦਾ ਯਤਨ ਕਰਦੇ ਹੈ, ਉਵੇਂ ਸਤਿਗੁਰੂ ਸੱਚੇ ਪਾਤਸ਼ਾਹ ਵੀ ਜਿਹੜੇ ਹੈ ਉਹ ਚਾਹੁੰਦੇ ਹੈ ਕਿ ਉਹਨਾਂ ਦੇ ਪੁੱਤਰਾਂ ਦੇ ਵਿੱਚ ਕੋਈ ਔਗਣ ਨਾ ਹੋਵੇ, ਨਾ ਉਹਨਾਂ ਦੇ ਪੁੱਤਰ ਨਸ਼ਿਆਂ 'ਚ ਲੱਗਣ, ਨਾ ਉਹਨਾਂ ਦੇ ਪੁੱਤਰਾਂ ਦੇ ਅੰਦਰ ਅਭਿਮਾਨ ਹੋਵੇ, ਨਾ ਉਹਨਾਂ ਦੇ ਪੁੱਤਰਾਂ ਦੇ ਅੰਦਰ ਬੇਈਮਾਨੀ ਹੋਵੇ, ਨਾ ਉਹਨਾਂ ਦੇ ਪੁੱਤਰਾਂ ਦੇ ਅੰਦਰ ਲੋਭ ਲਾਲਚ ਹੋਵੇ। ਤੇ ਜਦੋਂ ਗੁਰੂ ਪਿਆਰਿਓ ਕਿਸੇ ਦੇ ਅੰਦਰ ਇਹ ਔਗਣ ਪੈਦਾ ਹੋ ਜਾਂਦੇ ਹੈ, ਤੇ ਜਿਹੜਾ ਸਤਿਗੁਰੂ ਨੂੰ ਸਮਰਪਿਤ ਹੁੰਦਾ, ਸਤਿਗੁਰੂ ਦਾ ਸੇਵਕ ਹੁੰਦਾ, ਸਤਿਗੁਰੂ ਦਾ ਸਿੱਖ ਹੁੰਦਾ, ਸਤਿਗੁਰੂ ਜੀ ਆਪਣੇ ਉਸ ਸਿੱਖ ਦੇ ਅੰਦਰੋਂ ਔਗਣ ਨੂੰ ਦੂਰ ਕਰਨ ਦਾ ਯਤਨ ਕਰਦੇ ਆ। ਤੇ ਜਦੋਂ ਪਾਤਸ਼ਾਹ ਨੇ ਦੇਖਿਆ ਕਿ ਡੱਲੇ ਦੇ ਮਨ ਦੇ ਵਿੱਚ ਇਹ ਅਭਿਮਾਨ ਹੈ, ਤੇ ਉਧਰੋਂ ਪਾਤਸ਼ਾਹ ਜੀ ਨੂੰ ਸਿੱਖ ਨੇ ਬੰਦੂਕ ਭੇਟ ਕਰ ਦਿੱਤੀ, ਤੇ ਮਹਾਰਾਜ ਨੇ ਚੌਧਰੀ ਡੱਲੇ ਨੂੰ ਕਿਹਾ, ਡੱਲਿਆ ਇਹ ਨਵੀਂ ਬੰਦੂਕ ਆਈ ਹੈ, ਇਹਦਾ ਆਪਾਂ ਨੇ ਫਾਇਰ ਕਰਕੇ ਦੇਖਣਾ, ਗੋਲੀ ਚਲਾ ਕੇ ਦੇਖਣੀ ਹੈ, ਲਿਆ ਤਾਂ ਤੇਰੇ ਗਜ ਗਜ ਚੌੜੀਆਂ ਛਾਤੀਆਂ ਵਾਲੇ ਸੂਰਬੀਰ ਕੋਈ ਦੋ ਅੱਗੇ ਖੜੇ ਕਰ, ਆਪਾਂ ਇਹਦਾ ਮਾਰ ਦੇਖੀਏ ਕਿ ਕਿੱਥੋਂ ਤੱਕ ਇਹ ਮਾਰ ਕਰਦੀ ਹੈ ਤੇ ਕਿੰਨੀ ਮਾਰ ਕਰਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਹ ਬਚਨ ਸੁਣ ਕੇ ਚੌਧਰੀ ਡੱਲਾ ਜਿਹੜਾ ਸੀ ਹੱਥ ਜੋੜ ਕੇ ਕਹਿਣ ਲੱਗਿਆ, ਮਹਾਰਾਜ ਜੇ ਬੰਦੂਕ ਦੀ ਮਾਰ ਹੀ ਚੈੱਕ ਕਰਨੀ ਹੈ, ਕਿਸੇ ਚਿੜੀ ਜਨੌਰ ਤੇ ਕਰ ਲਈਏ, ਜਾਨਵਰ ਤੇ ਕਰ ਲਈਏ, ਮਿੱਟੀ ਦੇ ਕਿਸੇ ਤੋਦੇ ਤੇ ਕਰ ਲਈਏ, ਘੜੇ ਤੇ ਕਰ ਲਈਏ, ਕੁੱਜੇ ਤੇ ਕਰ ਲਈਏ, ਮਹਾਰਾਜ ਕਹਿਣ ਲੱਗੇ ਨਹੀਂ, ਇਸ ਬੰਦੂਕ ਦੀ ਮਾਰ ਜਿਹੜੀ ਹੈ ਉਹ ਅਸੀਂ ਕਿਸੇ ਦੀ ਛਾਤੀ ਦੇ ਉੱਤੇ ਜਿਹੜਾ ਹੈ ਉਹ ਪਰਖਣੀ ਹੈ, ਕਿਉਂਕਿ ਇਸ ਬੰਦੂਕ ਦੀਆਂ ਗੋਲੀਆਂ ਨੇ ਦੁਸ਼ਮਣਾਂ ਦੀਆਂ ਛਾਤੀਆਂ ਬਿੰਨਣੀਆਂ ਨੇ। ਤੇ ਚੌਧਰੀ ਡੱਲੇ ਨੇ ਜਦੋਂ ਆਪਣੇ ਸੈਨਿਕਾਂ ਨੂੰ ਆਵਾਜ਼ ਮਾਰੀ ਤੇ ਸਾਰੇ ਹੀ ਉਹਦੇ ਸੈਨਿਕ ਜਿਹੜੇ ਸੀ ਉਹ ਭੱਜ ਗਏ। ਫਿਰ ਸਤਿਗੁਰਾਂ ਨੇ ਕਿਹਾ, ਜਾ ਕਹਿੰਦੇ ਡੱਲਿਆ ਸਾਡੇ ਕੈਂਪ ਦੇ ਵਿੱਚ, ਸਾਡੇ ਤੰਬੂਆਂ ਦੇ ਵਿੱਚ ਸਿੱਖਾਂ ਨੂੰ ਆਵਾਜ਼ ਮਾਰ ਕਿ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੰਦੂਕ ਦੀ ਮਾਰ ਪਰਖਣੀ ਹੈ, ਕੋਈ ਆਵੇ। ਤੇ ਬਾਬਾ ਵੀਰ ਸਿੰਘ ਜੀ, ਬਾਬਾ ਧੀਰ ਸਿੰਘ ਜੀ ਪਿਓ ਪੁੱਤਰ ਦੱਸੀ ਦੇ ਨੇ ਇਤਿਹਾਸ ਦੇ ਅੰਦਰ, ਉਹ ਦਸਤਾਰੇ ਸਜਾ ਰਹੇ ਸੀ, ਅੱਧੇ ਦਸਤਾਰੇ ਜਿਹੜੇ ਆ ਸਿਰਾਂ ਤੇ ਸਜ ਚੁੱਕੇ ਸੀ ਤੇ ਅੱਧੇ ਜਿਹੜੇ ਹੈ ਉਹ ਲੜ ਹੱਥ ਦੇ ਵਿੱਚ ਸੀ, ਉਸੇ ਵੇਲੇ ਆ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਖੜੋ ਗਏ। ਪੁੱਤ ਕਹਿੰਦਾ, ਮਹਾਰਾਜ ਮੇਰੀ ਛਾਤੀ ਤੇ ਮਾਰ ਪਰਖੋ। ਤੇ ਪਿਤਾ ਕਹਿੰਦਾ, ਸਤਿਗੁਰੂ ਜੀ ਮੇਰੀ ਛਾਤੀ ਦੇ ਉੱਤੇ ਮਾਰ ਪਰਖੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਾਇਰ ਕੀਤਾ, ਦੋਨਾਂ ਦੇ ਸਿਰਾਂ ਦੇ ਉੱਤੋਂ ਦੀ ਨੰਘਾ ਦਿੱਤਾ ਤੇ ਡੱਲੇ ਨੂੰ ਕਹਿਣ ਲੱਗੇ, ਡੱਲਿਆ ਆ ਸੂਰਬੀਰ ਯੋਧੇ ਹੈ, ਜਿਹੜੇ ਜੰਗ ਹੁੰਦੇ ਨੇ ਨਾ ਜੰਗ, ਉਹ ਗਜ ਗਜ ਚੌੜੀਆਂ ਛਾਤੀਆਂ ਦੇ ਬਲ ਬੂਤਿਆਂ ਦੇ ਉੱਤੇ ਨਹੀਂ ਲੜੇ ਜਾਂਦੇ, ਜੰਗ ਕੱਦਾਂ ਦੇ ਸਿਰ ਤੇ ਨਹੀਂ ਲੜੇ ਜਾਂਦੇ, ਜੰਗ ਹੌਸਲਿਆਂ ਨਾਲ ਲੜੇ ਜਾਂਦੇ ਹੈ, ਜੰਗ ਹਿੰਮਤਾਂ ਨਾਲ ਲੜੇ ਜਾਂਦੇ ਹੈ, ਜੰਗ ਸਮਰਪਿਤ ਭਾਵਨਾ ਨਾਲ ਲੜੇ ਜਾਂਦੇ ਹੈ। ਤੇ ਸਾਡੇ ਸਿੱਖਾਂ ਵਰਗੀ ਸਮਰਪਿਤ ਭਾਵਨਾ ਜਿਹੜੀ ਹੈ ਉਹ ਕਿਸੇ ਸੰਸਾਰ ਦੇ ਅੰਦਰ ਅੱਜ ਨਹੀਂ ਹੈ, ਅਸੀਂ ਇਹਨਾਂ ਮੁੱਠੀ ਭਰ ਸਮਰਪਿਤ ਭਾਵਨਾ ਵਾਲੇ ਸਿੰਘਾਂ ਦੇ ਬਲ ਦੇ ਉੱਤੇ ਐਡੀ ਸ਼ਕਤੀਸ਼ਾਲੀ ਮੁਗਲ ਹਕੂਮਤ ਦੇ ਨਾਲ ਟੱਕਰ ਲਈ ਹੈ। ਤਾਂ ਚੌਧਰੀ ਡੱਲੇ ਦਾ ਉਸ ਵੇਲੇ ਹੰਕਾਰ ਚੂਰ ਹੋਇਆ, ਇਹ ਉਹ ਬੰਦੂਕ ਹੈ ਜਿਸ ਦੀ ਮਾਰ ਪਰਖੀ ਸਤਿਗੁਰਾਂ ਨੇ, ਤੇ ਇਸ ਮਾਰ ਪਰਖਣ ਦੇ ਨਾਲ ਨਾਲ ਆਪਣੀ ਸੇਵਾ ਕਰ ਰਹੇ ਚੌਧਰੀ ਡੱਲੇ ਦਾ ਜਿਹੜਾ ਹੰਕਾਰ ਸੀ ਉਹ ਦੂਰ ਕੀਤਾ। ਸਤਿ ਸ੍ਰੀ ਅਕਾਲ। ਇਹ ਮੋਹਰ ਹੈ ਤਖਤ ਸਾਹਿਬ ਦੀ, ਕਿਉਂਕਿ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਹੁੰਦੇ ਸੀ ਪਾਤਸ਼ਾਹ ਵੱਲੋਂ, ਤੇ ਜਿਹੜੇ ਹੁਕਮ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੋਂ ਜਾਰੀ ਹੋਏ ਪਾਤਸ਼ਾਹ ਵੱਲੋਂ, ਤਾਂ ਉਹਨਾਂ ਹੁਕਮਨਾਮਿਆਂ ਦੇ ਉੱਤੇ ਇਹ ਮੋਹਰ ਜਿਹੜੀ ਹੈ ਉਹ ਲਗਾਈ ਜਾਂਦੀ ਸੀ। ਇਸ ਮੋਹਰ ਦੇ ਉੱਤੇ ਚਾਂਦੀ ਦੀ ਇਹ ਮੋਹਰ ਹੈ, ਇਸ ਮੋਹਰ ਦੇ ਉੱਤੇ ਅੱਖਰ ਜਿਹੜੇ ਨੇ ਉਹ ਉਕਰੇ ਹੋਏ ਨੇ, ਅਕਾਲ ਸਹਾਏ, ਅਕਾਲ ਸਹਾਏ ਜਗ੍ਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੀ ਤਖਤ ਦਮਦਮਾ ਜੀ। ਇੱਥੇ ਇਸ ਮੋਹਰ ਦੇ ਉੱਤੇ ਤਖਤ ਸ਼ਬਦ ਜਿਹੜਾ ਹੈ ਉਹ ਪਾਇਆ ਹੋਇਆ, ਤੇ ਤਖਤ ਸ਼ਬਦ ਜਿਹੜਾ ਹੈ ਗੁਰੂ ਪਿਆਰਿਓ ਇਹ ਬਹੁਤ ਪੁਰਾਣੀ ਮੋਹਰ ਹੈ। ਇਹ ਉਸ ਇਸ ਮੋਹਰ ਦੇ ਉੱਤੇ ਇਹ ਸ਼ਬਦ ਜਿਹੜੇ ਆ ਉਕਰੇ ਹੋਏ ਹੈ, ਜਗ੍ਹਾ ਤਖਤ ਦਮਦਮਾ ਜੀ, ਤਖਤ ਦਮਦਮਾ ਜੀ, ਤਖਤ ਸ਼ਬਦ ਜਿਹੜਾ ਸਪੈਸ਼ਲ ਤੌਰ ਦੇ ਉੱਤੇ ਇਹ ਮੋਹਰ ਦੇ ਉੱਤੇ ਉਕਰਿਆ ਹੋਇਆ ਹੈ। ਇਹ ਵੀ ਸਾਡੀ ਵਿਰਾਸਤ ਦਾ ਹਿੱਸਾ ਹੈ, ਜਿਹੜਾ ਇਸ ਗੱਲ ਦਾ ਵੀ ਪ੍ਰਮਾਣ ਹੈ ਕਿ ਇਹ ਪਾਤਸ਼ਾਹ ਦਾ ਜਿਹੜਾ ਹੈ ਉਹ ਪਾਵਨ ਪਵਿੱਤਰ ਇੱਕ ਤਖਤ ਹੈ। ਸਤਿ ਸ੍ਰੀ ਅਕਾਲ। ਇਹ ਤੇਗਾ ਅਮਰ ਸ਼ਹੀਦ
धन धन बाबा दीप सिंह जी दे गात्रे दा है। धन धन बाबा दीप सिंह जी ने इस तखत दे उते 50 साल तो वध समा जड़ा है वह रह के सेवा की है। धन गुरु गोबिंद सिंह पातशाह जी का महान सूरबीर योधा सी, जिथे तेग का धनी सी उत्थे कलम का धनी भी सी। धन धन बाबा दीप सिंह जी ने इस अस्थान के उत्ते धन गुरु ग्रंथ साहब सच्चे पातशाह के चार उतारे किए, केवल चार उतारे नहीं किए बल्कि इस तो अलावा गोथियां गुटका साहब भी जिहड़े है वह बेअंत जिहड़े है वह लिखे ते सिख संगतां नूं जिहड़ा सी वह बाणी पढ़न वास्ते भेजे। धन धन बाबा दीप सिंह जी इस अस्थान के उत्ते मौजूद सन। जदों उन्हां नूं पता लग्या, खबर मिली कि अमृतसर साहब की बेहरमती जिहड़ी है वह अबदाली के करिंदियां ने कर दित्ती है, तो इस धरती तो खंडे दे नाल लीक वाह के धन धन बाबा दीप सिंह जी तुरे श्री अमृतसर साहब की पावन धरती वल, ते परन करके तुरे इस धरती तो कि यह साडा सीस जिहड़ा है यह सचखंड श्री हरिमंदर साहब श्री दरबार साहब जो धन गुरु रामदास महाराज का पावन पवित्र दरबार है उहदे चरणां दे विच भेट होएगा। श्री अमृतसर साहब जी के पावन पवित्र स्थान के उत्ते जंग होई, अमर शहीद धन धन बाबा दीप सिंह जी का सीस जिहड़ा सी वह कलम होया, ते उन्होंने तली ते रख के जिहड़ा है वह दुश्मन के नाल जंग लड़िया, ते धन धन बाबा दीप सिंह जी ने अपने परण नूं पूरा किया, अपना सीस जिहड़ा सी वह सचखंड श्री हरिमंदर साहब श्री दरबार साहब की पावन पवित्र धरती के उत्ते धन गुरु रामदास महाराज के चरणों के विच भेट किया। यह उस अमर शहीद धन धन बाबा दीप सिंह जी जिहड़े बहुत वड्डे महान सूरबीर योधे जरनैल ते तत्वेता विद्वान होए ने उन्होंने गात्रे का यह तेगा है। इस तो अलावा इस अस्थान के उत्ते एक शीशा है, वह शीशा श्री गुरु गोबिंद सिंह महाराज नूं किसी सिख ने भेट किया। महाराज इस शीशे दे विच तुसी दस्तारा सजाया करो। महाराज धन गुरु गोबिंद सिंह महाराज कहन लगे पातशाह सेवकां नूं, कहिंदे भाई रख दिओ यह ऐसा शीशा है, कहिंदे इत्थे बिंगे चेहरियां वाले जिन्हां नूं पैरालाइज हो जांदा है अधरंग हो जांदा है उन्हां दे चेहरे जिहड़े है वह ठीक होया करनगे, ते अज भी यह कला वरतदी है जिन्हां नूं यह अधरंग हो जांदा है जिन्हां नूं पैरालाइज हो जांदा है वह इत्थे आउंदे है तीन दिन इस शीशे दे मूहरे बैठ के अपना मुखड़ा तकदे है। इस शीशे की अहमियत है कि इस शीशे दे विच्चों धन गुरु गोबिंद सिंह महाराज ने भी अपना मुखड़ा तकिया, ते जदों संगत जिहड़ी है जिन्हां नूं यह अधरंग हो जांदा है वह इत्थे आके अपने इस शीशे दे विच्चों नाले मुख देखदे ने नाले वाहिगुरु का सिमरन करदे ने, ते कला वरतदी है पातशाह दी कई जिहड़े ने वह राजी होके जांदे ने। इस अस्थान की गुरु प्यारियों अहमियत है, बहुत वड्डा अस्थान है। इत्थे धन गुरु गोबिंद सिंह महाराज ने श्री गुरु ग्रंथ साहब जी की संपूर्णता की है। इत्थे ही धन गुरु गोबिंद सिंह महाराज के पावन पवित्र दरबार के विच दिल्ली तो माता जी माता सुंदर कौर जी माता साहिब कौर जी भाई मनी जी सिंह जी के नाल आईया सन, ते उन्होंने आके श्री गुरु गोबिंद सिंह महाराज को पूछया सी कि पातशाह जी साहबजादे नहीं दिसदे, ते धन गुरु गोबिंद सिंह महाराज ने यह शब्द कहे सी कि इन पुत्रन के सीस पर वार दिए सुत चार, चार मुए तो क्या हुआ जीवत कई हजार। आ जिहड़े साडे सामने बैठे है इन्हां पुत्रां दे उत्तों असीं अपने चार लाल कुरबान कर दिते है, फिर की होया जे चार पुत्र कुरबान हो गए ये हजारां जिहड़े है वह जिउंदे है, ये साडे गुरु साहिबान की देन है। साध संगत जी इस धरती नूं इस खिते नूं इस सारे संसार नूं समुची मानवता नूं जिहनूं कोई भी दुनिया की ताकत जिहड़ी है वह चुठला नहीं सकती भुला नहीं सकती।